ਅਸੀਂ ਬਹੁਤ ਮੁਸ਼ਕਲ ਆਪਣਾ ਘਰ ਦਾ ਗੁਜ਼ਾਰਾ ਕਰਦੇ ਹਾਂ। ਬੇਟਾ ਕੰਮ ਕਰਦਾ ਸੀ, ਕੰਮ ਕਰਦਾ ਕਰਦਾ ਮੰਜੀ 'ਤੇ ਪੈ ਗਿਆ, ਸਾਡੀ ਬਹੁਤ ਮੁਸ਼ਕਲ ਹੋ ਗਈ ਆ। ਬਹੁਤ ਇਲਾਜ ਕਰਾ ਚੁੱਕੇ ਹਾਂ, ਹੁਣ ਸਾਡੇ ਕੋਲੋਂ ਨਹੀਂ ਇਲਾਜ ਕਰਾਇਆ ਜਾਂਦਾ, ਹੁਣ ਅਸੀਂ ਬਾਹਲੇ ਜ਼ਿਆਦਾ ਮੁਸ਼ਕਲ ਵਿੱਚ ਆ ਗਏ ਹਾਂ। ਅਤੇ ਬੇਟੇ ਦੀ ਥੋੜ੍ਹੀ ਕੁ ਹੈਲਪ ਕਰੋ ਮੇਰੇ ਵੀਰ ਬਣ ਕੇ, ਤੁਹਾਡੀ ਬਹੁਤ ਬਹੁਤ ਸ਼ੁਕਰ ਹੋਊਗੀ। ਨਿਗਾਹ ਘੱਟ ਗਈ ਆ, ਟੋਇਲਟ ਬਾਥਰੂਮ ਤਾਂ ਔਖਾ ਹੋ ਗਿਆ ਵਾ, ਬਾਥਰੂਮ ਅਸੀਂ ਜਿੱਥੇ ਪੈਂਦੇ ਉੱਥੇ ਹੀ ਕੁਰਸੀ ਰੱਖਦੇ ਹਾਂ, ਉੱਥੇ ਹੀ ਇਹਨੂੰ ਬਿਠਾਉਂਦੇ ਹਾਂ, ਲਾਗੇ ਹੀ ਕੋਈ ਇਹਦੇ ਕੋਲ ਜਾ ਨਹੀਂ ਹੁੰਦਾ। ਇਹਦਾ ਕਰਕੇ 3-4 ਮਹੀਨੇ ਹੋ ਗਏ ਆ, ਹੁਣ ਬਿਲਕੁਲ ਹੀ ਘਰ ਬਹਿ ਗਏ ਹਾਂ। ਅੱਗੇ ਮਾੜਾ ਮੋਟਾ ਕੰਮ ਕਰਦੇ ਸੀ ਘਰਾਂ ਵਿੱਚ ਤਾਂ ਆਪਣਾ ਟਾਈਮ ਪਾਸ ਕਰੀ ਜਾਂਦੇ ਸੀ, ਹੁਣ ਸਾਤੋਂ ਜਾਇਆ ਨਹੀਂ ਜਾਂਦਾ ਇਹਦਾ ਕਰਕੇ। ਅਤੇ ਥੋੜ੍ਹੀ ਸਾਡੀ ਹੈਲਪ ਕਰੋ, ਅਸੀਂ ਬਹੁਤ ਤੰਗ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਸਿੱਖ ਐਡ ਸੇਵਾਦਾਰ ਟੀਮ ਅੱਜ ਪਿੰਡ ਫੂਲੇਵਾਲ ਜ਼ਿਲ੍ਹਾ ਕਪੂਰਥਲਾ ਵਿਖੇ ਪਹੁੰਚੀ ਹੈ, ਜਿੱਥੇ ਸਾਡਾ ਛੋਟਾ ਵੀਰ ਜਸਪ੍ਰੀਤ ਸਿੰਘ ਦੀ ਸ਼ੂਗਰ ਬਹੁਤ ਹੀ ਜ਼ਿਆਦਾ ਵਧੀ ਹੋਈ ਹੈ, ਤੁਸੀਂ ਦੇਖ ਸਕਦੇ ਹੋ। ਅਤੇ ਇਸ ਦੇ ਨਾਲ ਜਦੋਂ ਇਹ ਬਹਿੰਦਾ ਹੈ ਤਾਂ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ, ਲੰਮੇ ਪੈਣ ਨਾਲ ਮਾੜਾ ਮੋਟਾ ਦੇਖ ਰਿਹਾ ਹੈ। ਅਤੇ ਸੰਗਤ ਜੀ, ਚੱਲਣ ਫਿਰਨ ਵਿੱਚ ਵੀ ਬਹੁਤ ਤੰਗੀ ਹੈ ਇਸ ਬੱਚੇ ਨੂੰ, ਤੁਸੀਂ ਦੇਖ ਸਕਦੇ ਹੋ ਵੀ ਸ਼ਿਕੰਜੇ ਨਾਲ ਅੱਗੇ ਥੋੜ੍ਹਾ ਬਹੁਤ ਤੁਰਿਆ ਫਿਰਦਾ ਸੀ, ਪਰ ਹੁਣ ਜਦੋਂ ਦੀ ਸ਼ੂਗਰ ਘਟਣ ਵੀ ਲੱਗ ਪਈ ਹੈ ਤਾਂ ਉਹਦੇ ਕਰਕੇ ਹੀ ਇਸ ਦੀਆਂ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਹੈ। ਇਸ ਕਰਕੇ ਹੁਣ ਘਰ ਵਿੱਚ ਕੋਈ ਵੀ ਸੰਗਤ ਜੀ ਕਮਾਉਣ ਵਾਲਾ ਹੈ ਨਹੀਂ ਗਾ। ਪਹਿਲਾਂ ਇਹਨਾਂ ਦੀ ਮਾਤਾ ਜੀ ਸੀ, ਘਰਾਂ ਵਿੱਚ ਜਾ ਕੇ ਕੰਮ ਕਰਕੇ ਅਤੇ ਘਰ ਦਾ ਗੁਜ਼ਾਰਾ ਕਰ ਰਹੇ ਸੀ, ਪਰ ਹੁਣ ਬੱਚੇ ਦੀਆਂ ਅੱਖਾਂ ਦੀ ਰੋਸ਼ਨੀ ਜਾਣ ਦਾ ਕਰਕੇ ਵੀ ਹੁਣ ਉਹ ਕਿਤੇ ਕੰਮ 'ਤੇ ਵੀ ਨਹੀਂ ਜਾ ਪਾ ਰਹੇ। ਅਤੇ ਸੰਗਤ ਜੀ, ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਵੀ ਕਿਸੇ ਲੋੜਵੰਦ ਪਰਿਵਾਰ ਦਾ ਭਲਾ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।